ਚਲੋ ਜੀ, SS ਟੈਲੀਵਿਜ਼ਨ ਦੇ ਦਰਸ਼ਕਾਂ ਦੇ ਨਾਲ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਸੰਖੇਪ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਰਦਾਰ ਬਾਦਲ ਜੀ ਦਾ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸੋ ਹੁਣੇ ਹੁਣੇ ਪ੍ਰਵਾਸੀ ਸੰਮੇਲਨ ਚੰਡੀਗੜ੍ਹ ਅਤੇ ਜਲੰਧਰ ਦੇ ਵਿੱਚ ਹੋਇਆ ਜੀ, ਤੁਸੀਂ ਕਿਹੜੇ ਕਿਹੜੇ ਨਵੇਂ ਫੈਸਲੇ ਲਾਗੂ ਕਰ ਦਿੱਤੇ? ਦੇਖੋ, ਇੱਕ ਤਾਂ ਬੜੀ ਖੁਸ਼ੀ ਹੈ ਕਿ ਸਮਾਗਮ ਬਹੁਤ ਕਾਮਯਾਬ ਹੋਇਆ ਜੀ, ਔਰ ਸਾਰਿਆਂ ਨਾਲ ਦੋ ਦਿਨ ਇੰਟਰੈਕਸ਼ਨ ਹੋਈ। ਜਿਹੜੇ ਵੀ ਉਹਨਾਂ ਨੇ ਕੋਈ ਪ੍ਰੋਬਲਮ ਸਨ ਆਪਣੀਆਂ ਦੱਸੀਆਂ, ਹਾਂਜੀ, ਅਸੀਂ ਵੀ ਪੰਜਾਬ ਦੇ ਮਤਲਬ ਜੋ ਬਾਰਫੀ ਤੋਂ ਉਹਨਾਂ ਚਾਹੀਦੀ ਸੀ ਦੱਸੀ। ਫੈਸਲੇ ਮੋਟੇ ਮੋਟੇ ਤਾਂ ਇਹ ਸਨ ਕਿ ਉਹ ਜਦੋਂ ਇੱਥੇ ਆਉਂਦੇ ਵਿਜ਼ਿਟ ਕਰਦੇ ਆ, ਹਾਂਜੀ, ਉਦੋਂ ਕਈ ਦਫ਼ਾ ਉਹਨਾਂ ਨੂੰ ਤਕਲੀਫ ਹੁੰਦੀ ਹੈ। ਅੱਛਾ, ਇਸ ਲਈ ਇੱਕ ਤਾਂ NRI ਮਹਿਕਮਾ ਹੀ ਅਸੀਂ ਖੋਲ੍ਹ ਦਿੱਤਾ ਹੈ ਇੰਡੀਪੈਂਡੈਂਟ, ਠੀਕ, ਪੰਜਾਬ ਸਰਕਾਰ 'ਚ। ਉਹਦਾ ਮੈਂ ਆਪ ਉਸ ਮਹਿਕਮੇ ਦਾ ਆਪਣੇ ਕੋਲ ਮੰਤਰੀ ਦੇ ਤੌਰ 'ਤੇ ਵੀ ਮੈਂ ਆਪਣੇ ਕੋਲ ਰੱਖਿਆ ਇਹਦੀ ਇੰਪੋਰਟੈਂਸ ਨੂੰ ਦੇਖਦੇ ਹੋਏ, ਤਾਂ ਕਿ ਡਿਲੇ ਨਾ ਹੋਵੇ, ਠੀਕ ਹੈ। ਔਰ ਦੂਸਰਾ ਇਹ ਹੈ ਕਿ ਜਿਸ ਤਰ੍ਹਾਂ ਦੋ ਵੱਡੀਆਂ ਤਕਲੀਫਾਂ ਹੁੰਦੀਆਂ ਸਨ, ਹਾਂਜੀ, ਇੱਕ ਤਾਂ ਕਈ ਦਫ਼ਾ ਉਹਨਾਂ ਦੀਆਂ ਜਾਇਦਾਦਾਂ ਕੋਈ ਦਬਾ ਲੈਂਦਾ ਸੀ, ਜਾਂ ਕੋਈ ਉਹਨਾਂ ਸ਼ਾਪਸ, ਕੋਈ ਵੀ ਕੋਈ ਜਾਇਦਾਦ, ਲੈਂਡ ਔਰ ਸ਼ਾਪਸ ਵਗੈਰਾ ਜੋ ਕੁਛ ਹੈ ਕਬਜ਼ਾ ਕਰ, ਇੱਕ ਤਾਂ ਇਹ ਕਰਤਾ ਕਿ ਅਸੀਂ NRI ਪੁਲਿਸ ਸਟੇਸ਼ਨ ਸਪੈਸ਼ਲੀ ਖੋਲ੍ਹਦੇ ਹਾਂ 6। ਅੱਛਾ ਜੀ। ਅਤੇ ਜਿੱਥੇ ਅਜੇ ਜ਼ਿਆਦਾ ਕੰਸਟਰੇਸ਼ਨ ਹੈ NRI ਦੀ, ਜਿਸ ਤਰ੍ਹਾਂ ਮੋਗਾ, ਲੁਧਿਆਣਾ, ਜਲੰਧਰ, ਇਸ ਤਰ੍ਹਾਂ ਦੇ ਹੁਸ਼ਿਆਰਪੁਰ, ਉਹ ਪੁਲਿਸ ਸਟੇਸ਼ਨ ਉੱਥੇ ਜਿਹੜਾ ਇੰਚਾਰਜ ਹੋਏ, ਉਹ ਸਿਰਫ ਉਹ ਕੋਈ ਵੀ NRI ਉਹਨਾਂ ਨੂੰ ਜਾ ਕੇ ਆਪਣੀ ਤਕਲੀਫ ਦੱਸੇਗਾ, ਹਾਂਜੀ, ਅਤੇ ਫੌਰਨ ਉਹਦੇ 'ਤੇ ਐਕਸ਼ਨ ਕਰ। ਔਰ ਉਸ ਜ਼ਿਲ੍ਹੇ ਦਾ SP ਹੈੱਡਕੁਆਟਰ ਜਿਹੜਾ ਹੈ, ਅੱਛਾ, ਉਹ SP ਹੈੱਡਕੁਆਟਰ ਅੱਗੇ ਹੁੰਦਾ ਸੀ, ਹੁਣ SP ਹੈੱਡਕੁਆਟਰ NRI NRI ਉਹ ਸਾਰਾ ਦੇਖੇਗਾ, ਨਿਗਰਾਨੀ ਕਰੇਗਾ, ਠੀਕ ਹੈ। ਇਸੇ ਤਰ੍ਹਾਂ DIG ਵੀ ਹੈ, ਸਾਰਾ ਇਹ ਸਿਸਟਮ ਬਣਾਇਆ। ਇੱਕ ਤਾਂ ਇਹ ਮੇਨ ਉਹਨਾਂ ਦੀ ਡਿਊਟੀ, ਇੱਕ ਸਪੈਸ਼ਲ ਕੋਰਸ ਉਹ ਚੀਫ ਜਸਟਿਸ ਸਾਹਿਬ ਨੂੰ ਮੈਂ ਆਪ ਮਿਲਿਆ ਉਦੋਂ ਬਾਅਦ, ਅਤੇ ਉਹ ਐਗਰੀ ਕਰ ਗਏ ਨਾ ਕਿ ਅਸੀਂ ਸਪੈਸ਼ਲ ਕੋਰਟ ਵੀ ਦੇ ਦਿਆਂਗੇ, ਤਾਂ ਕਿ ਜਿਹੜੇ ਕੇਸਿਸ ਹੋਣ ਕੋਈ ਉਹ ਛੇਤੀ ਉਹਨਾਂ ਦਾ ਨਿਪਟਾਰਾ ਹੋ ਜਾਵੇ, ਠੀਕ ਹੈ ਜੀ। NRI ਆਉਂਦੇ ਆ ਮਹੀਨੇ ਦੋ ਮਹੀਨੇ ਵਾਸਤੇ, ਬੜੀ ਮੁਸ਼ਕਿਲ ਨਾਲ ਤਾਂ ਇੰਨਾ ਵੀ ਕੁਆ ਨਹੀਂ ਸਕਦਾ, ਉਹ ਫਿਰ ਵਿਚਾਰੇ ਇੱਥੇ ਫੈਸਲਾ ਨਹੀਂ ਹੁੰਦਾ, ਫਿਰ ਮੁੜ ਜਾਂਦੇ ਨੇ, ਅਤੇ ਇਸ ਚੀਜ਼ ਨੂੰ ਮੁੱਖ ਰੱਖ ਕੇ ਇਹ ਵੀ ਕੀਤਾ। ਬਾਕੀ ਜੋ ਕੋਈ ਇੱਥੋਂ ਦੇ ਡਿਵੈਲਪਮੈਂਟ ਵਾਸਤੇ ਕਰਨਾ ਚਾਹੇਗਾ, ਵੈਸੇ NRI ਹਾਂਜੀ ਬੜੀ ਵੱਡੀ ਮੰਗ ਸੀਗੀ ਕਿ ਜੋ ਛੋਟੇ ਛੋਟੇ ਕੇਸ ਕਈ ਵਾਰੀ ਬਿਨਾਂ ਇਨਵੈਸਟੀਗੇਸ਼ਨ ਤੋਂ ਪੁਲਿਸ ਦਰਜ ਕਰ ਲੈਂਦੀ ਹੈ, ਬੜਾ ਪਰੇਸ਼ਾਨ ਹੋਣਾ ਪੈਂਦਾ NRI ਥੋੜ੍ਹੇ ਸਮੇਂ ਲਈ ਆਉਂਦੇ ਨੇ, ਸੋ ਕਿਉਂ ਨਾ ਕੇਸ ਪੂਰੀ ਇਨਵੈਸਟੀਗੇਸ਼ਨ ਤੋਂ ਬਾਅਦ ਦਰਜ ਹੋਣ? ਨਹੀਂ, ਉਹ ਇਹ ਕੀਤਾ ਕਿ ਜੀ SP ਜਿਹੜਾ ਹੈ, ਹਾਂਜੀ, ਪਹਿਲਾਂ ਉਹਨੂੰ ਪ੍ਰਿਲਿਮਨਰੀ ਦੇਖ ਲਏਗਾ, ਜੇ ਤਾਂ ਉਹ ਸ਼ਿਕਾਇਤ 'ਚ ਕੋਈ ਸਬਸਟੈਂਸ ਹੋਇਆ, ਹਾਂਜੀ, ਫਿਰ ਉਹ ਭਗਾਓ ਹੋਏਗਾ, ਪਹਿਲਾਂ ਮਤਲਬ ਉਹ ਦੇਖ ਲਏਗਾ ਵੀ ਇਹਦੇ 'ਚ ਕੋਈ ਹੈ ਕਿ ਨਹੀਂ, ਠੀਕ ਹੈ ਜੀ। ਇਹ ਤਕਲੀਫਾਂ ਸਾਰੀਆਂ ਸਾਨੂੰ ਪਤਾ ਹੈ, ਅੱਛਾ, ਹੋ ਜਾਏਗਾ। ਦੂਸਰਾ ਕਿ ਬਹੁਤ ਸਾਰੇ ਜਿਹੜੇ ਆਪਣੇ ਬਾਹਰੋਂ ਭਰਾ ਨੇ, ਉਹ ਆਪਣੇ ਪਿੰਡਾਂ 'ਚ ਆਪਣੇ ਬਜ਼ੁਰਗਾਂ ਦੇ ਨਾਂ 'ਤੇ ਕੋਈ ਡਿਵੈਲਪਮੈਂਟ ਵਾਸਤੇ ਥੋੜ੍ਹਾ ਬਹੁਤ ਇੰਨੀ ਕਿਉਂਕਿ ਵੱਧ ਤੋਂ ਵੱਧ ਮਦਦ ਕਰਨਾ ਚਾਹੁੰਦੇ, ਕਰਦੇ ਵੀ ਹਨ, ਕੀਤੀ ਵੀ ਹੈ ਬਹੁਤ, ਠੀਕ ਹੈ ਜੀ। ਅੱਗੇ ਅਸੀਂ ਇਹ ਸੀਗਾ 50-50 ਵੀ ਜਿੰਨਾ ਕੋਈ ਇਨਵੈਸਟਮੈਂਟ ਕਰੇਗਾ ਆਪਣੇ ਪਿੰਡ 'ਚ ਕਿਸੇ ਵੀ ਡਿਵੈਲਪਮੈਂਟ ਦੇ ਕੰਮ 'ਚ, ਉਹਦੇ 50% ਗੌਰਮੈਂਟ ਦੇਵੇ, ਠੀਕ ਹੈ, 50% NRI ਦੇਵੇ, ਠੀਕ ਹੈ ਜੀ। ਹੁਣ ਅਸੀਂ ਉਹਨੂੰ ਘਟਾ ਕੇ 70-30 ਕਰ, ਠੀਕ ਹੈ ਜੀ, ਵੀ 70 ਗੌਰਮੈਂਟ ਦੇ ਦੇਗੀ, ਪੰਜਾਬ ਗੌਰਮੈਂਟ 30 ਹੋ ਜਾਵੇ। ਆਉਣ ਵਾਲੇ 4 ਸਾਲ ਬਾਕੀ, ਹਾਂਜੀ, ਅਗਲੀ ਸਰਕਾਰ ਤੁਹਾਡੀ ਚੱਲਣੀ ਹੈ, ਕੀ ਤੁਸੀਂ NRI ਮੰਤਰਾਲਾ ਅਗਲੇ 4 ਸਾਲ 'ਚ ਪੰਜਾਬ ਲਈ ਜਾਂ ਪ੍ਰਵਾਸੀਆਂ ਲਈ ਕਰਨਾ ਚਾਹੁੰਦੇ?
ਦੇਖੋ ਜੀ ਉਹ ਹੀ ਹੈ ਨਾ ਜੀ, ਇੱਕ ਤਾਂ ਹੈ ਕਿ ਜੇ ਕਿਸੇ ਨੇ ਇਨਵੈਸਟਮੈਂਟ ਕਰਨੀ ਹੋਵੇ, ਹਾਂਜੀ, ਉਹਦੀ ਅੱਗੇ ਅਸੀਂ ਚੀਫ ਸੈਕਟਰੀ ਸਾਹਿਬ ਦੇ ਪ੍ਰਧਾਨਗੀ ਹੇਠ ਕਮੇਟੀ ਬਣਾਈ ਹੈ, ਉਹ ਮਤਲਬ ਉਹਨੂੰ ਬਹੁਤਾ ਚੱਕਰ 'ਚ ਨਹੀਂ ਪੈਣਾ ਪਏਗਾ। ਅੱਛਾ ਜੀ। ਈਵਨ ਮੈਨੂੰ ਆ ਕੇ ਆਪ ਵੀ ਮਿਲ ਸਕਦਾ, ਮੈਨੂੰ ਕੋਈ ਮਿਲਣਾ ਮੁਸ਼ਕਲ ਨਹੀਂ। ਮੈਂ ਤਾਂ ਕੋਈ ਹਰ ਇੱਕ ਬੰਦਾ ਮੈਨੂੰ ਅਪਰੋਚ ਕਰਦਾ ਕਰ ਸਕਦਾ। ਔਰ ਇੱਕ ਦਿਨ ਤਾਂ ਮੈਂ ਇਸ ਤਰ੍ਹਾਂ ਰੱਖਿਆ, ਸੰਗਤ ਦਰਸ਼ਨ ਹੁੰਦਾ ਉਹਦੇ ਨੂੰ, ਕੋਈ ਪੰਜਾਬ ਦਾ ਜੋ ਕਿਤੋਂ ਦਾ ਬੰਦਾ ਆ ਕੇ ਮੈਨੂੰ ਮਿਲ ਸਕਦਾ, ਮੈਂ ਉਹ ਉੱਥੇ ਬਹਿਣਾ ਸਾਰਾ ਦਿਨ ਉੱਥੇ ਕੰਮ ਕਰਦਾ। ਬਸ ਇੱਕ ਮੁੱਦਾ ਸਰਦਾਰ ਗੁਰਬਖਸ਼ ਸਿੰਘ ਮੱਲੀ ਬੈਠੇ ਆ, ਇਹਨਾਂ ਨੇ ਬੜਾ ਉਭਾਰਿਆ ਸੀਗਾ ਕਿ ਜੋ ਵੀਜ਼ਾ ਅਪਲਾਈ ਕਰਦੇ ਆ ਕੈਨੇਡਾ ਦਾ, ਉਹਨਾਂ ਦੇ ਜੋ ਕਈ ਵਾਰੀ ਦਸਤਾਵੇਜ਼ ਜਾਅਲੀ ਹੋਣ ਕਰਕੇ ਅਸਲ ਐਪਲੀਕੈਂਟ ਨੂੰ ਕਾਫੀ ਸਾਰੀ ਮੁਸ਼ਕਲ ਆਉਂਦੀ ਆ, ਉਹ ਵੀਜ਼ਾ ਰਿਫਿਊਜ਼ ਕਰੀ ਜਾਂਦੇ ਆ ਧੜਾ ਧੜ, ਅਤੇ ਇਹ ਮਿਲੇ ਸੀਗੇ ਕੌਂਸਲ ਜਨਰਲ ਨੂੰ ਵੀ ਇੱਥੇ ਚੰਡੀਗੜ੍ਹ, ਉਹ ਸਹਿਯੋਗ ਕਰਨ ਨੂੰ ਤਿਆਰ ਨੇ ਕਿ ਜੇ ਕੋਈ ਅਟੈਸਟ ਕਰਨ ਲਈ ਤੁਸੀਂ ਅਧਿਕਾਰੀ ਨਿਯੁਕਤ ਕਰਦੇ ਹੋ ਤਾਂ ਕਿ ਉਹ ਭਰੋਸਾ ਕਰ ਸਕਣ ਕਿ ਕਾਗਜ਼ ਅਸਲੀ ਹੋਣਗੇ। ਮੈਂ ਇੱਕ ਦਿਨ ਉਹਨਾਂ ਨੂੰ ਆਪ ਮਿਲ ਲਾਂਗਾ ਜੀ। ਠੀਕ ਹੈ। ਆਪਣੇ ਟਾਪ ਦੇ ਅਫੀਸਰਸ ਨਾਲ, ਹਾਂਜੀ, ਜਿਸ ਤਰ੍ਹਾਂ ਉਹ ਕਹਿਣਗੇ, ਜਿਸ ਤਰ੍ਹਾਂ ਕੋਈ ਸਹੂਲਤ ਉਸਦੀ ਕਰਾਂਗੇ। ਨਟਸ਼ੈਲ ਵੀ ਕੋਈ ਵੀ ਪ੍ਰੋਬਲਮ ਹੋਏਗੀ, ਉਹ ਲੰਮਾ ਨਹੀਂ ਇੱਕਦਮ ਹੱਲ ਕੋਈ ਵੀ ਸਾਨੂੰ ਆ ਕੇ। ਠੀਕ। ਔਰ ਕੋਈ ਐਨ ਆਰ ਆਈ ਹੈ ਉਹ ਆ ਕੇ ਸਾਨੂੰ, ਮੈਨੂੰ ਵੀ ਮਿਲ ਸਕਦਾ ਕੋਈ, ਮੈਨੂੰ ਮਿਲਣੀ ਪ੍ਰੋਬਲਮ, ਮੈਂ ਪਹਿਲਾਂ ਵੇਖਿਆ, ਉਹਨੂੰ ਕੋਈ ਦੋ ਮਿੰਟ ਵੀ ਨਹੀਂ ਲਾਉਂਦੇ। ਵੱਡੀ ਗਿਣਤੀ ਦੇ ਵਿੱਚ ਸਾਡੇ ਦਰਸ਼ਕ ਜੁੜੇ ਹੋਏ ਨੇ ਕੈਨੇਡਾ ਦੇ ਵਿੱਚ, ਆਪਣੇ ਵੱਲੋਂ ਕੋਈ ਅਪੀਲ ਕਰਨਾ ਚਾਹੋਗੇ? ਇਹੀ ਹੈ ਕਿ ਆਪਣੀ ਮਾਤਰ ਭੂਮੀ ਜਿਹੜੀ ਹੈ, ਹਾਂਜੀ, ਉਹਦਾ ਸਾਰਿਆਂ ਨੂੰ ਪਿਆਰ ਹੈ ਵੀ ਹੈ, ਹੋਣਾ ਵੀ ਚਾਹੀਦਾ। ਔਰ ਜੋ ਕੁਛ ਇਹਦੇ ਵਾਸਤੇ ਸੀ, ਇਹ ਨਹੀਂ ਆਉਂਦੇ ਕਿ ਇਕੱਲਾ ਕੋਈ ਟੈਕਨੀਕਲ ਨੋਹਾਊ ਵੀ ਦੇ ਸਕਦਾ। ਠੀਕ। ਐਜੂਕੇਸ਼ਨ 'ਚ ਵੀ ਕੋਈ ਗਾਈਡ ਕਰ ਸਕਦਾ, ਅਸੀਂ ਉਦੋਂ ਟੀਚਰ ਵੀ ਚਾਹੁੰਦੇ ਹਾਂ ਕਿ ਕੋਈ ਜਦੋਂ ਛੁੱਟੀਆਂ ਹੁੰਦੀਆਂ ਇੱਥੇ ਟੀਚਰ ਆਉਣ, ਅਸੀਂ ਉਸ ਸਕੂਲਾਂ 'ਚ ਉਹਨਾਂ ਨੂੰ ਟ੍ਰੇਨਿੰਗ, ਆ ਸਾਡੇ ਟੀਚਰਾਂ ਨੂੰ ਟ੍ਰੇਨਿੰਗ ਦੇਣ। ਠੀਕ ਹੈ। ਇਸ ਤਰ੍ਹਾਂ ਦੀ ਕੋਈ ਵੀ ਸਕੀਮ ਹੋਵੇ, ਕੋਈ ਵੈਲਕਮ ਦਾ।